ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਾਡਾ ਅਗਲਾ ਸੇਵਾ ਦਾ ਕਾਰਜ ਵੱਡਾ ਮੁਫਤ ਅੱਖਾਂ ਦਾ ਆਪਰੇਸ਼ਨ ਕੈਂਪ ਪਿੰਡ ਸੋਹੀਆਂ 13 ਫਰਵਰੀ ਵੀਰਵਾਰ ਨੇੜੇ ਜਗਰਾਓਂ ਡਿਸਟ੍ਰਿਕਟ ਲੁਧਿਆਣਾ 'ਚ ਲੱਗ ਰਿਹਾ, ਜਿਹੜਾ ਕਿ ਸਾਡੇ ਭੈਣ ਜੀ ਪਰਮਜੀਤ ਕੌਰ ਮੱਲੀ ਅਤੇ ਉਹਨਾਂ ਦੇ NRI ਭਾਈਚਾਰਾ ਸਮੂਹ ਗ੍ਰਾਮ ਪੰਚਾਇਤ ਸੋਹੀਆਂ ਅਤੇ ਇਲਾਕਾ ਨਿਵਾਸੀ ਸਹਿਯੋਗ ਨਾਲ ਲੱਗ ਰਿਹਾ। ਅਤੇ ਆਪਾਂ ਕੋਈ ਵੀ ਲੋੜਵੰਦ ਇਨਸਾਨ ਜਿਹਨੂੰ ਲੋੜ ਹੈਗੀ ਹੈ, ਆਪਣੇ ਚਾਹੇ ਚੈੱਕਅਪ ਦੀ ਲੋੜ ਹੈਗੀ ਹੈ ਅੱਖਾਂ ਦੀ, ਚਾਹੇ ਦਵਾਈਆਂ ਦੀ ਲੋੜ ਹੈ, ਐਨਕਾਂ ਲੋੜ ਹੈ ਜਾਂ ਓਪਰੇਸ਼ਨ ਦੀ ਹੈ, ਸਾਡੇ ਫਾਇਦਾ ਲੈ ਸਕਦੇ ਨੇ। ਸੋ ਮੈਂ ਦੱਸਣਾ ਚਾਹਾਂਗਾ ਸਾਡਾ ਇਹ ਕਾਰਜ ਜਿਹੜਾ ਹੈਗਾ, ਪਿਛਲੇ 28 ਸਾਲ ਲਗਾਤਾਰ ਆਪਾਂ ਪਿੰਡਾਂ 'ਚ ਕੈਂਪ ਲਗਾ ਕੇ ਹਨੇਰੇ ਚੱਲਣ ਵਾਲੀ ਇੱਕ ਮੁਹਿੰਮ ਚਲਾਉਂਦੇ ਪਏ ਹਾਂ। ਸੋ ਆਓ ਸਾਡੇ ਇਸ ਮੁਹਿੰਮ 'ਚ ਸਾਥ ਦਿਓ ਅਤੇ ਸਾਥ ਦੇ ਕੇ ਜੋ ਕੋਈ ਵੀ ਲੋੜਵੰਦ ਇਨਸਾਨ ਪੰਜਾਬ 'ਚ ਕਿਤੇ ਵੀ ਦੂਰ ਦੁਰਾਡੇ ਹੈਗਾ, ਉਸ ਆਖਾ ਹੋ ਸਕੇ। ਆਓ ਅਸੀਂ ਆਪਾਂ ਭੈਣ ਜੀ ਪਰਮਜੀਤ ਕੌਰ ਜਿਹੜੇ ਅਤੇ ਉਹਨਾਂ ਦੀ ਬੇਟੀ ਹੈਗੀ ਹੈ, ਉਹਨਾਂ ਦੇ ਵਿਚਾਰ ਸਾਂਝੇ ਕਰੀਏ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਿਰਨਜੀਤ ਕੌਰ ਮੱਲੀ ਹੈ ਜੀ। ਅਸੀਂ 3 ਸਾਲ ਤੋਂ ਆਪਣੇ ਪਿੰਡ ਵਿੱਚ ਅੱਖਾਂ ਦਾ ਕੈਂਪ ਲਗਾ ਰਹੇ ਹਾਂ, ਜੋ ਕਿ ਡਾਕਟਰ ਰਮੇਸ਼ ਜੀ ਲਗਾਉਂਦੇ ਹਨ ਅਤੇ ਬੜੇ ਹੀ ਚੰਗੇ ਅਤੇ ਸੁਲਝੇ ਹੋਏ ਡਾਕਟਰ ਨੇ। ਮੈਂ ਸਾਰੇ ਪਿੰਡ ਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਵੱਧ ਤੋਂ ਵੱਧ ਚੜ੍ਹ ਕੇ ਆਓ ਅਤੇ ਇਸ ਕੈਂਪ ਦਾ ਫਾਇਦਾ ਉਠਾਓ। ਅਤੇ ਜਿਸ ਨੂੰ ਵੀ ਅੱਖਾਂ ਦੀ ਐਨਕਾਂ ਦੀ ਲੋੜ ਹੈ ਜਾਂ ਅੱਖਾਂ ਵਿੱਚ ਦਵਾਈਆਂ ਦੀ ਲੋੜ ਹੈ ਜਾਂ ਸਰਜਰੀ ਕਰਾਉਣੀ ਹੈ, ਤੁਸੀਂ ਪਲੀਜ਼ ਆਓ, ਚੈੱਕਅਪ ਕਰਾਓ। ਇਹ ਕੈਂਪ ਗੁਰਦੁਆਰੇ ਵਿੱਚ ਸੋਈਆਂ 13 ਤਾਰੀਖ ਨੂੰ 13 ਫਰਵਰੀ 2020 ਨੂੰ 10 ਤੋਂ 2 ਵਜੇ ਦੇ ਵਿੱਚ ਲੱਗਣਾ ਹੈ। ਪਲੀਜ਼ ਆਓ ਅਤੇ ਲਾਹਾ ਉਠਾਓ। ਸਾਡੇ ਪਿੰਡਾਂ ਦੇ ਵਿੱਚ ਹਨੇਰੇ ਚਾਨਣ ਮੁਹਿੰਮ ਦੇ ਤਹਿਤ ਸਪੈਸ਼ਲੀ ਜਿਹੜੇ ਅੱਖਾਂ ਦੇ ਕੈਂਪ ਲਗਾਏ ਜਾਂਦੇ ਨੇ, ਮੈਂ ਆਪ ਜੀ ਨੂੰ ਅਪੀਲ ਕਰਾਂਗਾ, ਇਹਨਾਂ ਕੈਂਪਾਂ ਦਾ ਜਿਹੜਾ ਮੁੱਖ ਮੰਤਵ ਹੈ ਅੱਖਾਂ ਦਾਨ ਅਤੇ ਅੰਗ ਦਾਨ ਦੀ ਪ੍ਰਮੋਸ਼ਨ। ਸੋ ਆਓ ਸਾਡਾ ਗਾਣਾ ਅੰਗ ਦਾਨ ਕਰੋ, ਜਿਹੜਾ 25 ਸੈਪਟੰਬਰ 2019 ਦੇ ਵਿੱਚ ਵਰਲਡਵਾਈਡ ਰਿਲੀਜ਼ ਕੀਤਾ ਗਿਆ ਸੀਗਾ ਨਾਮ ਰਿਕਾਰਡਸ ਵੱਲੋਂ। ਨੀਤਾ ਸੰਧੂ ਜੀ ਜਿਹੜੇ UK ਸਾਡੇ ਸਟਾਰ ਕੋਆਰਡੀਨੇਟਰ ਨੇ, ਸਾਡੇ ਇਸ ਮੁਹਿੰਮ ਦੇ ਅੰਬੈਸਡਰ ਨੇ, ਉਹਨਾਂ ਵੱਲੋਂ ਰਿਲੀਜ਼ ਕੀਤਾ ਗਿਆ ਸੀ। ਆਓ ਇਸ ਗਾਣੇ ਨੂੰ ਆਪਾਂ YouTube 'ਤੇ ਅੰਗ ਦਾਨ ਕਰੋ ਗਾਣੇ ਦੇ ਨਾਮ 'ਤੇ ਆਪਾਂ ਸਰਚ ਕਰੀਏ ਅਤੇ ਇਹਨੂੰ ਸੁਣੀਏ। ਸੁਣ ਕੇ ਆਪਾਂ ਇਹ ਸੁਨੇਹਾ ਘਰ ਘਰ ਪਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਨਸਾਨ, ਚਾਹੇ ਜਿਹਨੂੰ ਅੱਖ ਦਾਨ ਦੀ ਲੋੜ ਹੈਗੀ ਹੈ, ਕਿਡਨੀ ਦਾਨ ਦੀ ਲੋੜ ਹੈਗੀ ਹੈ, ਹਾਰਟ ਦੀ ਲੋੜ ਹੈਗੀ ਹੈ, ਲਿਵਰ ਦੀ ਲੋੜ ਹੈਗੀ ਹੈ, ਉਹਨੂੰ ਅੰਗ ਦਾਨ ਮਿਲ ਸਕੇ। ਆਓ ਸਾਡੇ ਇਸ ਮੁਹਿੰਮ 'ਚ ਸ਼ਾਮਿਲ ਹੋ ਕੇ ਆਪਾਂ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਾਡਾ ਮੁਫਤ ਅੱਖਾਂ ਦਾ ਓਪਰੇਸ਼ਨ ਕੈਂਪ ਬਾਰੇ ਜਾਣਕਾਰੀ ਦੇਣਾ ਚਾਹੁੰਦਾ, ਜਿਹੜਾ ਕਿ ਸਾਡਾ 13 ਫਰਵਰੀ ਦਿਨ ਵੀਰਵਾਰ ਵੱਡਾ ਗੁਰਦੁਆਰਾ ਪਿੰਡ ਸੋਹੀਆਂ ਨੇੜੇ ਜਗਰਾਓਂ ਡਿਸਟ੍ਰਿਕਟ ਲੁਧਿਆਣਾ ਵਿੱਚ ਲੱਗ ਰਿਹਾ। ਇਹ ਸਮੁੱਚੇ ਸੇਵਾ ਦੇ ਕਾਰਜ ਜਿਹੜੀ ਜਿਹੜਾ ਹੈਗਾ, ਇਹਦੀ ਸੇਵਾ ਸਾਡਾ NRI ਭਾਈਚਾਰਾ ਟੋਰੋਂਟੋ ਤੋਂ ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀ ਕਰ ਰਹੇ ਨੇ। ਆਓ ਸਾਡਾ ਇਹ ਸੁਨੇਹਾ ਤੁਸੀਂ ਘਰ ਘਰ ਤੱਕ ਪਹੁੰਚਾਓ ਤਾਂ ਕਿ ਲੋੜਵੰਦ ਕੋਈ ਵੀ ਇਨਸਾਨ ਜਿਹਨੂੰ ਲੋੜ ਹੈਗੀ ਹੈ ਅੱਖਾਂ ਦੇ ਚੈੱਕਅਪ ਦੀ, ਆਪਾਂ ਜਿਹਨਾਂ ਲੋੜ ਹੈਗੀ ਹੈ ਕਿਸੇ ਐਨਕਾਂ ਦੀ ਲੋੜ ਹੈਗੀ ਹੈ ਜਾਂ ਓਪਰੇਸ਼ਨ ਦੀ ਲੋੜ ਹੈਗੀ ਹੈ, ਉਹ ਤੱਕ ਸੁਨੇਹਾ ਪਹੁੰਚ ਸਕੇ। ਤੁਹਾਡੇ ਦਿੱਤੇ ਸੁਨੇਹੇ ਦੇ ਨਾਲ ਜਿੱਥੇ ਉਹ ਅਸੀਸਾਂ ਸਾਡੇ ਇਸ ਕੈਂਪ ਦੇ ਪਹੁੰਚਦੇ ਸੇਵਾ ਨੂੰ ਦੇਵੇਗਾ, ਤੁਹਾਨੂੰ ਵੀ ਦੇਵੇਗਾ। ਸੋ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਸਾਡਾ ਸੁਨੇਹਾ ਇਲਾਕੇ 'ਚ ਦਿਓ ਤਾਂ ਜੋ ਕੋਈ ਵੀ ਲੋੜਵੰਦ ਇਨਸਾਨ ਵਾਂਝਾ ਨਾ ਰਹਿ ਜਾਵੇ। ਮੈਂ ਨਾਲ ਇਹ ਵੀ ਦੱਸਣਾ ਚਾਹਾਂਗਾ ਵੀ ਸਾਡਾ ਜਿਹੜਾ ਹੋਸਪਿਟਲ ਹੈਗਾ ਆ, ਇਹ ਸਾਡਾ ਗਵਰਨਮੈਂਟ ਆਫ ਇੰਡੀਆ ਵੱਲੋਂ ਫੁੱਲੀ NABH ਐਕਰੀਡੇਟਿਡ ਆਈ ਹੋਸਪਿਟਲ ਹੈ, ਜਿਹਦੇ ਵਿੱਚ ਆਪਾਂ ਇੱਕ ਸੁਪਰ ਸਪੈਸ਼ਲਿਟੀ ਆਈ ਕੇਅਰ ਸਰਵਿਸਿਜ਼ ਦੇ ਰਹੇ ਹਾਂ, ਜਿਹਦੇ ਵਿੱਚ ਖਾਸ ਕਰਕੇ ਸਾਡੇ ਲੇਸਿਕ ਸਰਜਰੀ ਜਿਹੜੀ ਹੈਗੀ ਹੈ, ਜਿਹੜੇ ਨੌਜਵਾਨ ਬੱਚੇ ਨੇ ਜਿਹਨੇ 18 ਸਾਲ ਤੋਂ ਬਾਅਦ ਕਿਸੇ ਨੇ ਚਸ਼ਮਾ ਉਤਾਰਨਾ ਹੁੰਦਾ ਆ ਜਾਂ ਕਿਸੇ ਅੱਛੀ ਜੋਬ ਜਾਂਦੇ ਹੈਗੇ ਜਿੱਥੇ ਐਨਕਾਂ ਦੀ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਹੈਗੀ ਹੈ, ਉਹ ਸਾਡੇ ਲੇਸਿਕ ਸਰਜਰੀ ਆਪਾਂ ਕਰਦੇ ਹਾਂ, ਜਿਹੜੀ ਕਿ ਸਾਡੇ ਐਡਵਾਂਸ ਟੈਕਨੋਲੋਜੀ ਜਿਹੜੀ ਹੈਗੀ ਹੈ ਜਰਮਨ ਟੈਕਨੋਲੋਜੀ ਸਰਜਰੀ ਕਰਦੇ ਹਾਂ। ਬਾਅਦ ਦੇ ਵਿੱਚ ਉਹ ਕਿਸੇ ਨੂੰ ਫਾਇਦਾ ਉਠਾਉਣਾ ਚਾਹੁੰਦਾ ਹੈਗਾ, ਉਹ ਬੜੀ ਖੁਸ਼ੀ ਨਾਲ ਫਾਇਦਾ ਲੈ ਸਕਦੇ ਨੇ। ਖਾਸ ਕਰਕੇ ਇਸ ਸਾਡੇ ਕੈਂਪ ਦੇ ਵਿੱਚ ਵੀ ਕੁਛ ਆਪਾਂ ਲੇਸਿਕ ਦੀ ਸਾਡੀ ਪ੍ਰਮੋਸ਼ਨ ਵਾਸਤੇ ਆਪਾਂ ਕੁਛ ਉੱਥੇ ਗਿਫਟ ਕੂਪਨ ਵੀ ਦਿੱਤੇ ਜਾਣਗੇ। ਕੋਈ ਵੀ ਚਾਹਵਨ ਸੱਜਣ ਜੋ ਆਪਣਾ ਚਸ਼ਮਾ ਉਤਾਰਨਾ ਚਾਹੁੰਦਾ ਹੈ ਜਾਂ ਵਧੇਰੇ ਜਾਣਕਾਰੀ ਲੈਣਾ ਚਾਹੁੰਦਾ ਹੈ, ਸਾਡੇ ਉਹ ਕੈਂਪ ਦੇ ਵਿੱਚ ਜਾ ਕੇ ਲੇਸੀ ਦੀ ਕੂਪਨ ਵੀ ਹਾਜ਼ਰ ਲੈ ਸਕਦੇ ਨੇ। ਸੋ ਮੈਂ ਇਹ ਵੀ ਦੱਸਣਾ ਚਾਹਾਂਗਾ ਸਾਡਾ ਹੋਸਪਿਟਲ ਜਿਹੜਾ ਹੈਗਾ, ਜਿਹਦੇ ਵਿੱਚ ਆਪਾਂ ਚਿੱਟੇ ਮੋਤੀਏ ਦੇ ਐਡਵਾਂਸ ਸਰਜਰੀ ਬਿਨਾਂ ਟਾਂਕੇ ਤੋਂ, ਕਾਲਾ ਮੋਤੀਆ ਅਤੇ ਸ਼ੂਗਰ ਦੇ ਕਰਕੇ ਜਿਹੜੇ ਅੱਖਾਂ ਦੀ ਪ੍ਰੋਬਲਮ ਆ ਜਾਂਦੀ ਹੈ, ਇੱਕ ਉਹਦੇ ਵਿੱਚ ਬਹੁਤ ਅੱਛੇ ਢੰਗ ਨਾਲ ਸਾਡੇ ਲੇਜ਼ਰਸ ਅਤੇ ਇੰਜੈਕਸ਼ਨ ਜਿਹੜੇ ਆਪਾਂ ਸ਼ੂਗਰ ਦੇ ਬੀਜਾਂ ਨੂੰ ਅੱਖਾਂ ਵਿੱਚ ਲਗਾਏ ਜਾਂਦੇ ਨੇ, ਉਹ ਬੜੀ ਅੱਛੀ ਸਹੂਲਤ ਹੈਗੀ ਹੈ, ਉਹਦਾ ਫਾਇਦਾ ਵੀ ਉਠਾ ਸਕਦੇ ਹੋ। ਨਾਲ ਇਹ ਵੀ ਦੱਸਣਾ ਚਾਹਾਂਗਾ ਸਾਡੇ ਹੋਸਪਿਟਲ ਜਿਹੜਾ ਹੈਗਾ ਆ, ਬਹੁਤ ਸਾਰੇ ਜਿਹੜੇ ਕੰਪਨੀ ਬੀਮਾ ਕੰਪਨੀਆਂ ਦੇ ਨਾਲ ਇਨਪੈਨਲਮੈਂਟ ਵੀ ਹੈ ਜੀ, ਖਾਸ ਕਰਕੇ ਜਿਵੇਂ ਸਟਾਰ ਹੈਲਥ ਹੋ ਗਿਆ, ਰਕਸ਼ਾ TPA ਹੋ ਗਈ, ਪੈਰਾਮਾਊਂਟ ਹੋ ਗਿਆ, ਰੈਲੀਗਰੀ ਅਤੇ ਬਹੁਤ ਸਾਰੀਆਂ ਸਾਡੀਆਂ TPAs ਹੈਗੇ, ਉਹਨਾਂ ਸਾਡੇ ਹੋਸਪਿਟਲ ਇਨਪੈਨਲਮੈਂਟ ਹੈਗੀ ਹੈ।
ਜੇ ਕੋਈ ਚਾਹਵਾ ਸੱਜਣ ਜਿਹੜੇ ਇਹਨਾਂ ਐਡਵਾਂਸ ਜਿਹੜੀਆਂ ਸਾਡੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਇਨਵੈਲਮੈਂਟ ਤੁਹਾਡੀ ਹੋਈ ਹੋਈ ਹੈ ਤਾਂ ਸਾਡੇ ਕੋਲ ਫਾਇਦਾ ਲੈ ਸਕਦੇ ਨੇ। ਮੈਂ ਆਖਰ ਦੇ ਵਿੱਚ ਮੈਂ ਸਮੁੱਚੇ ਸਮਾਜ ਨੂੰ ਬੇਨਤੀ ਕਰਾਂਗਾ ਵੀ ਆਓ ਤੁਸੀਂ ਇਹ ਸਾਡਾ ਸੁਨੇਹਾ ਸਾਡੇ ਘਰ ਘਰ ਤੱਕ ਪਹੁੰਚਾਓ ਤਾਂ ਕਿ ਲੋੜਵੰਦ ਇਨਸਾਨ ਰਹਿ ਨਾ ਜਾਵੇ। ਅਤੇ ਮੈਂ ਨਾਲ ਖਾਸ ਕਰਕੇ ਸਾਡਾ NRI ਭਾਈਚਾਰਾ ਜਿਹੜਾ ਬਾਹਰ ਬੈਠੇ ਆਪਣੇ ਸਾਡੇ ਇਸ ਕੈਂਪ ਦੇ ਵੀ ਸਾਨੂੰ ਸਹਿਯੋਗ ਦੇ ਰਹੇ ਨੇ, ਮੈਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦਾ ਹੈਗਾ। ਅਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਜੇਕਰ ਉਹਨਾਂ ਨੇ ਵੀ ਆਪਣੇ ਇਲਾਕੇ ਦੇ ਵਿੱਚ ਅਜਿਹੇ ਕਾਰਜ ਕਰਵਾਉਣੇ ਹੋਣ ਜਿੱਥੇ ਵੀ ਜਿਹਦੇ ਵਿੱਚ ਮੁਫਤ ਅੱਖਾਂ ਦੇ ਓਪਰੇਸ਼ਨ ਕੈਂਪ ਦੇ ਆਪਾਂ ਸਹੂਲਤ ਲੈਣੀ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਆਖਰ ਦੇ ਵਿੱਚ ਮੈਂ ਇਸ NRI ਭਾਈਚਾਰੇ ਟੋਰੋਂਟੋ ਜੋ ਕਿ ਇਸ ਕੈਂਪ ਦੇ ਮੁੱਖ ਪ੍ਰਬੰਧਕ ਨੇ ਅਤੇ ਉਹਨਾਂ ਨਾਲ ਸਾਥੀ ਨੇ ਸਭ ਦਾ ਮੈਂ ਧੰਨਵਾਦ ਕਰਦਾ ਵੀ ਸਾਨੂੰ ਸੇਵਾ ਦਾ ਮੌਕਾ ਦੇ ਰਹੇ ਨੇ। ਥੈਂਕ ਯੂ ਵੈਰੀ ਮੱਚ।